हुण नवा प्रधान मैनू पसंद है किसी नू पसंद नहीं है वह अलग गल है। हुण पार्टी का यह हुक्म है भी जो साडा हुक्म हो भाई उहनू सिर मत्थे मन के चुप करके पहला बाई दियां इलैक्शनां लड़ो, जदों जित के आ जाएंगे उदों फैसले कौन कैप्टन हो कौन कैप्टन नहीं हो वो कर लांगे। ਤੁਹਾਡੀਆਂ ਗੱਲਾਂ ਤੋਂ ਐਂ ਲੱਗ ਰਿਹਾ ਵੀ ਨਵਜੋਤ ਸਿੰਘ ਸਿੱਧੂ ਹੀ ਪ੍ਰਧਾਨ ਬਣਨਗੇ। ਬੰਦ ਕਮਰੇ ਦੇ ਵਿੱਚ ਕੈਪਟਨ ਸਾਹਿਬ ਨੂੰ ਕਹਿ ਦਿੰਦੇ, ਹਾਈ ਕਮਾਂਡ ਨੂੰ ਕਹਿ ਦਿੰਦੇ, ਟਵਿੱਟਰ 'ਤੇ ਸੋਸ਼ਲ ਮੀਡੀਆ ਦੇ ਅੱਗੇ ਢੋਲ ਵਜਾਉਣਾ ਵੀ ਸਾਡੀ ਸਰਕਾਰ ਨੇ ਬਿਜਲੀ ਦਾ ਐਂ ਕਰਤਾ, ਅਸੀਂ ਉਹ ਤਾਂ ਇਨਸਾਫ ਨਹੀਂ ਦੇ ਸਕੇ। ਤੁਹਾਨੂੰ ਵੀ ਪਤਾ ਵੀ ਮੇਰੇ ਨਵਜੋਤ ਸਿੱਧੂ ਨਾਲ ਕਿਹੋ ਜਿਹੇ ਸੰਬੰਧ ਨੇ ਅਤੇ ਮੈਂ ਕੀ ਕਹਿੰਦਾ ਰਿਹਾ। ਅੱਜ ਤੁਸੀਂ ਸੌਫਟ ਜਿਹਾ ਲੱਗ ਰਹੇ ਹੋ, ਇਹਦਾ ਮਤਲਬ ਕੋਈ ਜ਼ਿੰਮੇਵਾਰੀ ਮਿਲ? ਸੌਫਟ ਤਾਂ ਹੁਣ ਮੈਂ ਕਹਿੰਦਾ ਕਈ ਘੰਟੇ ਹੋ ਗਏ ਬੋਲਦੇ, ਤੁਹਾਨੂੰ ਪਤਾ 11 ਵਜੇ ਤੋਂ ਸ਼ੁਰੂ ਹੋਏ ਆ। ਪਿਛਲੇ ਦਿਨਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਬੜੇ ਨਜ਼ਦੀਕ ਰਹੇ ਹੋ, ਇਕੱਠੇ ਰਹੇ ਹੋ, ਤੁਹਾਨੂੰ ਲੱਗਦਾ ਵੀ ਕੈਪਟਨ ਸਾਹਿਬ ਮੰਨ ਜਾਣਗੇ ਨਵਜੋਤ ਸਿੱਧੂ? ਜਦੋਂ ਸੋਨੀਆ ਗਾਂਧੀ ਜੀ ਨੇ ਫੈਸਲਾ ਸੁਣਾ ਤਾ ਉਹਨਾਂ ਨੂੰ ਜਾਂ ਸੁਣਾ ਦੇਣਾ ਹੈ, ਉਹਦੇ ਅੱਗੇ ਕੋਈ ਅਪੀਲ ਦਲੀਲ ਨਹੀਂ। ਉਹ ਜਦੋਂ ਸਾਡੇ ਪਾਰਟੀ ਦੇ ਸੁਪਰੀਮ ਨੇ, ਫਿਰ ਉਸ ਗੱਲ ਨੂੰ ਸਿਰੇ ਚੜਾਉਣਾ ਸਾਡਾ ਮਕਸਦ ਆ। ਅਸੀਂ ਇੱਕ ਸਿਪਾਹੀ ਹਾਂ ਪਾਰਟੀ ਦੇ, ਉਵੇਂ ਕੈਪਟਨ ਅਮਰਿੰਦਰ ਸਿੰਘ ਆ, ਅਤੇ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਹਨਾਂ ਨੇ ਬਣਾਇਆ। ਅਕਾਲੀ ਦਲ ਦਾ ਸੁਖਬੀਰ ਬਾਦਲ ਉਹਨਾਂ ਦਾ ਬਿਆਨ ਆਉਂਦਾ, ਦੋ ਡਿਪਟੀ ਸੀਐਮ ਲਾ ਰਹੇ ਨੇ, ਇੱਕ ਹਿੰਦੂ ਅਤੇ ਇੱਕ ਦਲਿਤ। ਅਤੇ ਹਜੇ ਤਾਂ ਬਾਪੂ ਨੇ ਤੈਨੂੰ ਜਗ੍ਹਾ ਨਹੀਂ ਸੁਖਬੀਰ ਸਿੰਘ ਛੱਡੀ, ਹੋਰਾਂ ਲਈ ਤੁਸੀਂ ਅਜੇ ਕਿੱਥੇ ਡਿਪਟੀ ਸੀਐਮ ਬਣਾ ਲਓਗੇ? ਓਕੇ, ਸ਼ਰੇਆਮ ਇਹੀ ਕਹਿੰਦਾ ਹੋਵੇ ਵੀ ਸਾਡੀ ਸਰਕਾਰ ਇਹ ਨਹੀਂ ਕਰ ਸਕੀ ਅਤੇ ਉਹ ਫਿਰ ਕਿਵੇਂ ਇਕੱਠੇ ਕੰਮ ਕਰਨਗੇ? ਕੈਪਟਨ ਅਮਰਿੰਦਰ, ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਬਾਰੇ ਬੋਲਦੇ, ਸਿੱਧੂ ਕੈਪਟਨ ਬਾਰੇ, ਇਹ ਫਿਰ ਇਕੱਠੇ ਕਿਵੇਂ ਕੰਮ? ਇਹਨੂੰ ਮੈਂ ਚੁੱਪ, ਨਵਜੋਤ ਸਿੱਧੂ ਨੂੰ ਚੁੱਪ ਹੋਣਾ ਪੈਣਾ ਜਾਂ ਕੈਪਟਨ? ਸਿਆਸਤ 'ਚ ਤਾਂ ਉਹੀ ਬੰਦਾ ਜਿਹੜਾ ਸਭ ਨੂੰ ਨਾਲ ਲੈ ਕੇ ਚੱਲਦਾ। ਦਿਲੋਂ ਖੁਸ਼ ਹੋ ਨਵਜੋਤ ਸਿੱਧੂ ਪ੍ਰਧਾਨ? ਨਹੀਂ, ਮੈਂ ਤਾਂ ਜੋ ਪਾਰਟੀ ਹਾਈ ਕਮਾਂਡ ਫੈਸਲਾ ਕਰੇਗੀ। ਕੁਛ ਕੁ ਮਹੀਨੇ ਪਹਿਲਾਂ ਤੁਸੀਂ ਗਿਆ ਸੀ ਨਵਜੋਤ ਸਿੰਘ ਸਿੱਧੂ ਬਾਹਰ ਚਲੇ ਆ ਸਾਡੀ ਪਾਰਟੀ 'ਚੋਂ। ਮੈਂ ਤਾਂ ਮੈਂ ਕਦ ਮੁੱਕ ਰਿਹਾ, ਮੈਂ ਤਾਂ ਕਿਹਾ ਵੀ ਮੈਂ ਕਿਹਾ ਵੀ ਆ ਅਤੇ ਪਾਰਟੀ ਹਾਈ ਕਮਾਂਡ ਨੂੰ ਵੀ ਕਿਹਾ ਹੈ। ਚੋਣਾਂ ਤੋਂ ਲਗਭਗ 6 ਮਹੀਨੇ ਪਹਿਲਾਂ ਸਰਕਾਰਾਂ ਵਾਅਦੇ ਕਰਨੇ ਸ਼ੁਰੂ ਕਰ ਦਿੰਦੀਆਂ ਨੇ ਤਾਂ ਕਿ ਉਹ ਦੁਬਾਰਾ ਸਰਕਾਰ ਬਣਾ ਲੈਣ, ਲੇਕਿਨ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਉਲਝੀ ਹੋਈ ਹੈ ਕਿ ਪੰਜਾਬ ਦਾ ਕੈਪਟਨ ਕੌਣ ਹੈ। ਦੋ ਧੜੇ ਬਣੇ ਹੋਏ ਨੇ, ਇੱਕ ਨਵਜੋਤ ਸਿੰਘ ਸਿੱਧੂ ਦਾ ਅਤੇ ਇੱਕ ਕੈਪਟਨ ਅਮਰਿੰਦਰ ਸਿੰਘ ਦਾ। ਜਿਵੇਂ ਹੀ ਚਰਚਾ ਚੱਲਦੀ ਹੈ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨ ਜਾ ਰਹੇ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦਾ ਧੜਾ ਐਕਟਿਵ ਹੋ ਜਾਂਦਾ ਹੈ, ਅਤੇ ਇਸ ਬਾਰੇ ਅੱਜ ਸਾਰੇ ਕਾਂਗਰਸ ਦੇ ਕਾਟੋ ਕਲੇਸ਼ ਬਾਰੇ ਅੱਜ ਗੱਲਬਾਤ ਕਰਾਂਗੇ ਰਵਨੀਤ ਸਿੰਘ ਬਿੱਟੂ ਜੀ ਦੇ ਨਾਲ। ਬਿੱਟੂ ਜੀ, ਬੜੀ ਕ੍ਰਾਈਸਿਸ 'ਚ ਲੱਗ ਰਹੀ ਹੈ ਪਹਿਲਾਂ ਤਾਂ ਮੈਨੂੰ ਕਾਟੋ ਲੱਭੋ ਕਿਹੜੀ ਹੈ ਅਤੇ ਕਲੇਸ਼ ਕਿਹੜਾ ਹੈ? ਇਹ ਤੁਹਾਡੀ ਪਾਰਟੀ ਨੇ ਪਾਇਆ ਹੋਇਆ, ਇਹ ਨਵਾਂ ਵਰਡ ਆ ਗਿਆ ਕਾਟੋ ਕਲੇਸ਼। ਮੱਕੜ ਸਾਹਿਬ, ਤੁਸੀਂ ਬਹੁਤ ਸੂਝਵਾਨ ਅਤੇ ਪੁਰਾਣੇ ਖਿਡਾਰੀ ਹੋ ਇਹ ਰਾਜਨੀਤੀ ਕਵਰ ਕਰਨ ਦੇ, ਇਹ ਤੁਹਾਨੂੰ ਪਤਾ ਵੀ ਜਦੋਂ ਵੀ ਇਲੈਕਸ਼ਨਾਂ ਆਉਂਦੀਆਂ ਇਹ ਇਹੋ ਜਿਹੇ ਕੰਮ ਪਾਰਟੀਆਂ 'ਚ ਚੱਲਦੇ ਆ। ਇੱਕ ਮੈਂ 2-3 ਗੱਲਾਂ ਮੈਂ ਤੁਹਾਨੂੰ ਕਲੀਅਰ ਇਸ ਤੁਹਾਡੇ ਚੈਨਲ 'ਤੇ ਕਰ ਦੇਵਾਂ। ਇੱਕ ਤਾਂ ਸਾਡੇ ਕੈਪਟਨ 2022 ਉਦੋਂ ਬਾਅਦ ਆਖਰੀ ਮਹੀਨੇ ਕੀ ਅਨਾਊਂਸ ਹੁੰਦਾ ਕੀ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ। ਹਾਂ, ਕਿਉਂ? ਕਿਉਂਕਿ ਇੱਕ ਐਸਾ ਮਾਹੌਲ ਬਣਿਆ ਬਰਗਾੜੀ ਵਾਲੇ ਕੇਸ ਤੋਂ ਬਾਅਦ, ਉਹ ਵਿਜੇ ਕੁੰਬਰ ਪ੍ਰਤਾਪ ਦੀ SIT ਤੋਂ ਬਾਅਦ ਜਦੋਂ ਹਾਈਕੋਰਟ 'ਚ ਫੈਸਲਾ ਹੋਇਆ ਤਾਂ ਸਾਰੇ MLA ਮੰਤਰੀ ਦਿੱਲੀ ਰਵਾਨਾ ਹੋਏ ਅਤੇ ਉੱਥੇ ਇੱਕ ਪਾਰਟੀ ਨੇ ਜਿਹੜੀ ਹੈ ਕਮੇਟੀ ਖੜਗੇ ਸਾਹਿਬ ਦੀ ਬਣਾਤੀ, ਜਨਰਲ ਸੈਕਟਰੀ ਇੰਚਾਰਜ ਦੀ ਬਣਾਤੀ, ਅਤੇ ਨਾਲ ਸਾਡੇ ਅਗਰਵਾਲ ਸਾਹਿਬ ਲਾ ਤੇ ਦਿੱਲੀ ਦੇ ਜਿਹੜੇ ਪ੍ਰਧਾਨ ਅਤੇ MP ਰਹੇ ਆ। ਉੱਥੇ 200 ਤੋਂ ਉੱਤੇ ਲੀਡਰ ਉਹਨਾਂ ਨਾਲ ਗੱਲਬਾਤ ਮੱਕੜ ਸਾਹਿਬ ਕੀਤੀ ਸਾਰਿਆਂ ਨੇ। ਹੁਣ ਉਹਨਾਂ ਦੇ ਸੁਣਨ ਤੋਂ ਬਾਅਦ ਨਵਾਂ ਪ੍ਰਧਾਨ ਬਣਨਾ ਹੈ, ਅੱਜ ਅਤੇ ਕੱਲ੍ਹ 'ਚ ਉਹਦੀ ਅਨਾਊਂਸਮੈਂਟ ਤਕਰੀਬਨ ਹੋਈ ਆ ਹੋ ਜੂ। ਉਹਦੇ ਨਾਲ ਵਰਕਿੰਗ ਪ੍ਰੈਜ਼ੀਡੈਂਟ ਲੱਗਣੇ ਆ ਮਾਝਾ ਮਾਲਵਾ ਦੁਆਬਾ ਦੇ ਇਸ ਤਰੀਕੇ। ਉਦੋਂ ਬਾਅਦ ਜਿਹੜੀ ਆ ਇੱਕ ਕੰਪੇਨ ਕਮੇਟੀ ਦੇ ਚੇਅਰਮੈਨ ਬਣਨੇ ਆ। ਉਦੋਂ ਬਾਅਦ ਕੁਛ ਮਿਨਿਸਟਰਾਂ ਦੀ ਰੀਸ਼ਫਲ ਆ ਜਿਹੜੀ ਉਹ ਹੋਣੀ ਆ। ਇਹ ਇੱਕ ਤਾਂ ਰੀਸ਼ਫਲ ਵਾਲੀ ਗੱਲ ਤਾਂ ਮੈਂ ਦੱਸਦਾ ਕਿ ਹਰ ਸਰਕਾਰ ਕਰਦੀ ਉਹ ਹੁੰਦੀ ਆ। ਇਸ ਵਾਰ ਥੋੜ੍ਹਾ ਲੇਟ ਹੋਈ, ਉਹ ਕਿਉਂ ਹੋਈ? ਕਿਉਂਕਿ 2 ਸਾਲ ਤੋਂ ਕਰੋਨਾ ਚੱਲ ਰਿਹਾ ਸੀ, ਇਹ ਪਾਰਟੀ ਐਕਟੀਵਿਟੀ ਵੀ ਤਾਂ ਡਿਲੇ ਹੋਈਆਂ ਕਿਉਂਕਿ ਕਰੋਨਾ ਚੱਲ ਰਿਹਾ ਸੀ। ਹੁਣ ਨਵਾਂ ਪ੍ਰਧਾਨ ਮੈਨੂੰ ਪਸੰਦ ਹੈ ਕਿਸੇ ਨੂੰ ਪਸੰਦ ਨਹੀਂ ਹੈ ਉਹ ਅਲੱਗ ਗੱਲ ਆ। ਅਸੀਂ ਸਾਰੀਆਂ ਗੱਲਾਂ ਓਪਨਲੀ ਮੀਡੀਆ 'ਚ ਵੀ ਕੀਤੀਆਂ ਪਹਿਲਾਂ ਪਿਛਲੇ 6 ਮਹੀਨੇ ਤੋਂ, ਉਦੋਂ ਬਾਅਦ ਪਾਰਟੀ ਹਾਈ ਕਮਾਂਡ ਨਾਲ। ਹੁਣ ਪਾਰਟੀ ਦਾ ਇਹ ਹੁਕਮ ਆ ਵੀ ਜੋ ਸਾਡਾ ਹੁਕਮ ਹੋ ਭਾਈ ਉਹਨੂੰ ਸਿਰ ਮੱਥੇ ਮੰਨ ਕੇ ਚੁੱਪ ਕਰਕੇ ਪਹਿਲਾਂ 22 ਦੀਆਂ ਇਲੈਕਸ਼ਨਾਂ ਲੜੋ, ਜਦੋਂ ਜਿੱਤ ਕੇ ਆ ਜਾਵਾਂਗੇ ਉਦੋਂ ਫੈਸਲੇ ਕੌਣ ਕੈਪਟਨ ਹੋ ਕੌਣ ਕੈਪਟਨ ਨਹੀਂ ਹੋ ਉਹ ਕਰ ਲਾਂਗੇ। ਪਰ ਚੰਗੀ ਤਰ੍ਹਾਂ ਆਪਣੀ ਜਿਹੜੇ ਇੱਕ ਹੋਰ ਜਿਹੜੇ 18 ਪੁਆਇੰਟ ਦੀ ਗੱਲ ਆ ਰਹੀ ਆ, ਕੁਛ ਸਾਡੇ ਅਸੀਂ ਲੋਕ ਜਿਹੜੇ ਪਾਰਟੀ ਦੇ ਵੀ ਆਹ ਕੰਮ ਸੀ ਜਿਹੜੇ ਜੀ ਅਸੀਂ ਮੈਨੀਫੈਸਟੋ 'ਚ ਲਿਖੇ ਸੀ, ਕਈ ਉਹਦੇ ਵਿੱਚੋਂ ਹੋ ਗਏ, ਕਈ ਉਹ 'ਚੋਂ ਹੋਣ ਵਾਲੇ ਹੀ ਨਹੀਂ ਗਏ।
जिहड़े मेन काम होने वाले आ, चाहे वह रेते वाली गल आ, चाहे वह बिजली वाली गल आ, बरगाड़ी वाली गल आ, नशे वाली गल आ, वो पांच पॉइंट बड़े आ जिहड़े उन्होंने अठ महीने उन्होंने पूरे करिए जिहड़ा लोगों च जे जाना नहीं। लोग आ जिहड़े जिवें बाकी पार्टियां का खात्मा होया उस तरीके नाल लोग कांग्रेस पार्टी नूं भी लोग मतलब एम एल एआं दा यही कहना सी भी फिर असीं भी वड़ नहीं पावांगे पिंडां च जिहड़ा सब दा। उन्होंने इस वाली बड़ी एक एक कमेटी भी बनेगी भी जिहड़ी पूरा अठ महीने च असीं कम जिहड़े कहे आ पूरे चाढ़ सकीए। मुख्यमंत्री जिहड़े 22 तक वो कैप्टन अमरिंदर सिंह रहणगे, कोई गल खत्म होगी। तो बाकी जिहड़े छोटियां मोटियां पार्टी दे विच गल्लां हुंदियां वो चलदियां रहिंदियां, वो इह च चलदियां भी रहणियां है। जिहड़ा काम बिट्टू जी विरोधी धिर दा हुंदा है सरकार ते सवाल उठाउणा, उहदा तुहाडे साबका मंत्री ते एमएलए करदे पए, वो फिर क्यों करने पए? क्योंकि विरोधी धिर है ही नहीं, फिर वह जिम्मेवारी आप सामने पई। तो इस करके असी वह जिम्मेवारियां वंड लईआं क्योंकि दूजे पासे है ही कोई नहीं। पर तुहाडी सरकार नूं नुकसान नहीं? नहीं, वह नुकसान जे हुण तुहानूं मैं तां ही कहिणा भी वह गल्लां दसियां तां अठ महीने च उन्होंने जिहड़ियां कमियां सीगियां वह हुण उन्होंने ठीक करांगे भी आह देखो जी साडे बंदियां ने आह गल साडियां कमियां सी असीं वह कमियां दूर अठ महीने च करके थोड़े मूहरे आ गए तो वह सानूं फायदा होगा क्योंकि टाइम सिर वह गल्लां समझ गईआं। जिवें मैं तुहानूं यूपी की गल दसदा, वैसट बंगाल हार गई बीजेपी बुरी तरह, उन्होंने ये पता लग गया भी योगी का काम भी जिहड़ा है निपटन वाला है। उन्होंने प्राइम मिनिस्टर ने अपने किन्ने किन्ने हज़ार करोड़ शुरू करता जाना शुरू करता अपने उत्ते प्लैन, उवें ही सानू भी ये सचेत हो गए असी मौके सर सानू गल जिहड़ी आ पता लग गई भी की कमी आ की ठीक करन वाली आ। वह असी हुण अठ महीने च पूरी गड्डी नूं जिवें दस्या भी उहनूं तेल भी बदल लाँगे, मुगले फैन बैल्टां भी नवीआं पा लाँगे, चंगी तरह रविंग करके उहनूं चमका के ਜਿਹੜੀ ਆ ਉਹ ਫਾਰਮੂਲਾ 1 ਬਣਾ ਦਾਂਗੇ। ਤੁਹਾਡੀਆਂ ਗੱਲਾਂ ਤੋਂ ਐਂ ਲੱਗ ਰਿਹਾ ਵੀ ਨਵਜੋਤ ਸਿੰਘ ਸਿੱਧੂ ਹੀ ਪ੍ਰਧਾਨ ਬਣਨਗੇ? ਨਹੀਂ, ਮੈਂ ਇਹ ਨਹੀਂ ਕਹਿੰਦਾ ਪ੍ਰਧਾਨ, ਉਹਨਾਂ ਨੇ ਕੁਛ ਨਾ ਕੁਛ ਬਣਨਾ ਹੀ ਆ, ਉਹ ਇਹ 'ਚ ਕੋਈ ਦੋ ਰਿਹਾ ਨਹੀਂ। ਬਿਲਕੁਲ ਤੁਹਾਡੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਠੀਕ ਆ। ਬਿੱਟੂ ਜੀ, ਕੋਈ ਵੀ ਗੱਲ ਹੁੰਦੀ ਹੈ ਤੁਸੀਂ ਕਮੀਆਂ ਦੀ ਗੱਲ ਕੀਤੀ ਹੈ, ਨਵਜੋਤ ਸਿੰਘ ਸਿੱਧੂ ਤੁਹਾਡੇ ਮੰਤਰੀ ਵੀ ਰਹੇ ਨੇ, ਹੁਣ ਵਿਧਾਇਕ ਵੀ ਨੇ, ਕੋਈ ਕਮੀ ਸੀਗੀ ਤਾਂ ਉੱਥੇ ਗੱਲ ਕਰ ਲੈਂਦੇ ਨੇ ਬੰਦ ਕਮਰੇ ਦੇ ਵਿੱਚ, ਕੈਪਟਨ ਸਾਹਿਬ ਨੂੰ ਕਹਿ ਦਿੰਦੇ, ਹਾਈ ਕਮਾਂਡ ਨੂੰ ਕਹਿ ਦਿੰਦੇ, ਟਵਿੱਟਰ 'ਤੇ ਸੋਸ਼ਲ ਮੀਡੀਆ ਦੇ ਅੱਗੇ ਢੋਲ ਵਜਾਉਣਾ ਵੀ ਸਾਡੀ ਸਰਕਾਰ ਨੇ ਬਿਜਲੀ ਦਾ ਐਂ ਕਰਤਾ, ਅਸੀਂ ਉਹਦਾ ਇਨਸਾਫ ਨਹੀਂ ਦੇ ਸਕੇ। ਮੈਂ ਤਾਂ ਐਵੇਂ ਨਕਲੀ ਝੂਠੀ ਗੱਲ ਕਦੇ ਕਰਦਾ ਨਹੀਂ, ਤੁਹਾਨੂੰ ਵੀ ਪਤਾ ਵੀ ਮੇਰੇ ਨਵਜੋਤ ਸਿੱਧੂ ਨਾਲ ਕਿਹੋ ਜਿਹੇ ਸੰਬੰਧ ਨੇ ਅਤੇ ਮੈਂ ਕੀ ਕਹਿੰਦਾ ਰਿਹਾ। ਅੱਜ ਤੁਸੀਂ ਸੌਫਟ ਜਿਹਾ ਲੱਗ ਰਹੇ ਹੋ, ਇਹਦਾ ਮਤਲਬ ਕੋਈ ਜ਼ਿੰਮੇਵਾਰੀ ਮਿਲ? ਸੌਫਟ ਤਾਂ ਹੁਣ ਮੈਂ ਕਹਿੰਦਾ ਕਈ ਘੰਟੇ ਹੋ ਗਏ ਬੋਲਦੇ, ਤੁਹਾਨੂੰ ਪਤਾ 11 ਵਜੇ ਦੇ ਸ਼ੁਰੂ ਹੋਏ ਆ, ਅਤੇ ਉਹ ਤਾਂ ਜਿਹੜੀ ਤੁਹਾਨੂੰ ਪਤਾ ਹੀ ਆ ਵੀ ਮੇਰੇ ਕਿਹੋ ਜਿਹੇ ਸੰਬੰਧ ਰਹੇ ਆ। ਅਤੇ ਪਰ ਜਦੋਂ ਪਾਰਟੀ ਵੱਡੀ ਆ, ਸੁਪਰੀਮ ਪਾਰਟੀ ਆ, ਜਦੋਂ ਉਹਨੇ ਜਿਹੜਾ ਫੈਸਲਾ ਕਰ ਦੇਣਾ ਹੈ ਅਤੇ ਉਹਨੂੰ ਉਹ ਸਾਡੀ ਮਾਂ ਹੈ, ਅਤੇ ਜਦੋਂ ਫਿਰ ਉਹਨੇ ਫੈਸਲਾ ਕਰਤਾ ਤਾਂ ਉਹਨੂੰ ਫੁੱਲ ਚੜ੍ਹਾ ਕੇ ਖੁਸ਼ੀ ਨਾਲ ਸਵੀਕਾਰ ਕਰ ਲਓ ਤਾਂ ਚੰਗਾ ਹੈ, ਰੁੱਸ ਕੇ ਸਵੀਕਾਰ ਕਰ ਲਓ ਤਾਂ ਚੰਗਾ, ਉਹ ਮੰਨਣਾ ਹੀ ਪੈਣਾ, ਫੈਸਲਾ ਮੰਨਣਾ ਹੀ ਪੈਣਾ। ਤੁਸੀਂ ਪਿਛਲੇ ਦਿਨਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਬੜੇ ਨਜ਼ਦੀਕ ਰਹੇ ਹੋ, ਇਕੱਠੇ ਰਹੇ ਹੋ, ਤੁਹਾਨੂੰ ਲੱਗਦਾ ਵੀ ਕੈਪਟਨ ਸਾਹਿਬ ਮੰਨ ਜਾਣਗੇ ਨਵਜੋਤ ਸਿੱਧੂ? 100% ਕੈਪਟਨ ਸਾਹਿਬ, ਦੇਖੋ ਕੈਪਟਨ ਸਾਹਿਬ ਹਰ ਬੰਦਾ ਉਦੋਂ ਤੱਕ ਇਹਨਾਂ ਦਾ ਇਸ ਗੱਲ 'ਚ ਨਹੀਂ ਜਦੋਂ ਜੇ ਕਿਸੇ ਦੇ ਕੋਈ ਵਿਰੋਧੀ ਆ, ਹਰ ਬੰਦਾ ਆਪਣਾ ਜ਼ੋਰ ਲਾਉਂਦਾ, ਕੋਸ਼ਿਸ਼ ਕਰਦਾ ਹੈ, ਆਪਣੇ ਪੁਆਇੰਟਸ ਰੱਖਦਾ ਹੈ। ਅਤੇ ਜਦੋਂ ਇੱਕ ਵਾਰੀ ਡਾਇਰੈਕਸ਼ਨ ਉੱਤੋਂ ਹੋ ਜੇ, ਹੁਣ ਸੁਪਰੀਮ ਕੋਰਟ ਦਾ ਫੈਸਲਾ ਆ ਜੇ, ਤੁਹਾਡੇ ਵਕੀਲ ਤਾਂ ਬਥੇਰੀ ਗੱਲ ਕਰਦੇ ਆ, ਪਰ ਜਿਹਦੇ ਹੱਕ 'ਚ ਜਾਂ ਉਲਟ ਆ ਗਿਆ ਉਹ ਤਾਂ ਆ ਹੀ ਗਿਆ ਨਾ, ਫਿਰ ਦੂਜੇ ਨੂੰ ਤਾਂ ਘਰੇ ਜਾਣਾ ਹੀ ਆ। ਅਤੇ ਇਸ ਕਰਕੇ ਜਦੋਂ ਸੋਨੀਆ ਗਾਂਧੀ ਜੀ ਨੇ ਫੈਸਲਾ ਸੁਣਾ ਤਾ ਉਹਨਾਂ ਨੂੰ ਜਾਂ ਸੁਣਾ ਦੇਣਾ ਹੈ, ਉਹਦੇ ਅੱਗੇ ਕੋਈ ਅਪੀਲ ਦਲੀਲ ਨਹੀਂ, ਉਹ ਜਦੋਂ ਸਾਡੇ ਪਾਰਟੀ ਦੇ ਸੁਪਰੀਮ ਨੇ ਫਿਰ ਉਸ ਗੱਲ ਨੂੰ ਸਿਰੇ ਚੜਾਉਣਾ ਸਾਡਾ ਮਕਸਦ ਆ। ਅਸੀਂ ਇੱਕ ਸਿਪਾਹੀ ਹਾਂ ਪਾਰਟੀ ਦੇ, ਉਵੇਂ ਕੈਪਟਨ ਅਮਰਿੰਦਰ ਸਿੰਘ ਆ, ਅਤੇ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਹਨਾਂ ਨੇ ਬਣਾਇਆ, ਸਾਨੂੰ ਵੀ ਉਹਨਾਂ ਜਿਹਨੂੰ, ਇਹ ਥੋੜ੍ਹੀ ਆ ਵੀ ਅੱਜ ਜੇ ਸਾਨੂੰ ਨਹੀਂ ਬਣਾਇਆ ਤਾਂ ਫਿਰ ਅੱਜ ਉਹ ਫੈਸਲਾ ਅਸੀਂ ਮੰਨੀਏ ਨਾ, ਇਹ ਨਹੀਂ ਹੋ ਸਕਦਾ। ਅਸੀਂ ਕਹਿ ਸਕਦੇ ਹਾਂ ਕਿਹਾ ਵੀ ਆ, ਪਰ ਜਦੋਂ ਹੁਣ ਉਹਨਾਂ ਦਾ ਫੈਸਲਾ ਆ ਜਾਣਾ ਫਿਰ ਅਸੀਂ ਉਸ ਫੈਸਲੇ ਨਾਲ ਅਤੇ ਉਹ ਫੈਸਲੇ ਨੂੰ ਨਾਲ ਲੈ ਕੇ ਉਹਦੇ ਜੋ ਉਹਨਾਂ ਨੇ ਸੋਚਿਆ ਉਹਨੂੰ ਉਸ ਤਰੀਕੇ ਨਾਲ ਸਿਰੇ ਵੀ ਚੜਾਉਣਾ। ਪਰ ਇੱਕ ਬੰਦਾ ਜਿਹੜਾ ਸਾਬਕਾ ਮੰਤਰੀ ਅਤੇ ਤੁਹਾਡਾ ਜਿਹੜਾ ਵਿਧਾਇਕ ਹੈਗਾ ਆ, ਉਹ ਸ਼ਰੇਆਮ ਇਹੀ ਕਹਿੰਦਾ ਹੋਵੇ ਵੀ ਸਾਡੀ ਸਰਕਾਰ ਇਹ ਨਹੀਂ ਕਰ ਸਕੀ, ਅਤੇ ਉਹ ਫਿਰ ਕਿਵੇਂ ਇਕੱਠੇ ਕੰਮ ਕਰਨਗੇ? ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਬਾਰੇ ਬੋਲਦੇ, ਸਿੱਧੂ ਕੈਪਟਨ ਬਾਰੇ, ਇਹ ਫਿਰ ਇਕੱਠੇ ਕਿਵੇਂ ਕੰਮ? ਔਖਾ ਤਾਂ ਹੈ, ਔਖਾ ਤਾਂ ਹੈ ਇਹਦੇ ਲਈ। ਕੋਈ ਹਾਈਕਮਾਂਡ ਇਸੇ ਲਈ ਆ, ਉਹਨਾਂ ਨੇ ਜ਼ਰੂਰ ਕੋਈ ਪਲਾਨ ਤਿਆਰ ਕੀਤਾ ਹੋਣਾ ਵੀ ਕਿਵੇਂ ਕੰਮ ਕਰਨਗੇ। ਇਹ ਗੱਲ ਤਾਂ ਜਿਹੜੀ ਮੈਂ ਤੁਹਾਨੂੰ ਤੁਸੀਂ ਕਹਿ ਰਹੇ ਹੋ ਇਹਨੂੰ ਮੈਂ ਚੁੱਪ, ਨਵਜੋਤ ਸਿੱਧੂ ਨੂੰ ਚੁੱਪ ਹੋਣਾ ਪੈਣਾ ਜਾਂ ਕੈਪਟਨ? ਦੇਖੀਏ ਆ ਗਏ ਸਾਰੀ ਪਿਕਚਰ ਹਜੇ ਤਾਂ ਸ਼ੁਰੂ ਹੋਣੀ ਹੈ, ਮਜਬੂਰੀ 'ਚ ਮੰਨਣਾ ਪੈਣਾ ਨਵਜੋਤ ਸਿੱਧੂ ਨੂੰ ਪ੍ਰਧਾਨ। ਨਹੀਂ
पार्टी दे विच यार जिवें कह लो अपनी ये कोई घर की पार्टी थोड़ी आ, इह तां रोज़ फैसले थोड़ी जिहड़े तुसीं चाहुंदे हो वो थोड़े हक दे होणे आ, रोज़ जिहड़े तुसीं नहीं चाहुंदे वो फैसले होणे, तां पैर पैर ते पार्टी च फैसले हुंदे आ। ते गल तां उही आ ना, जिहड़ा बंदा सियासत तां उही बंदा जिहड़ा सब नूं नाल लैके चलदा। दिलों खुश हो नवजोत सिद्धू प्रधान? नहीं, मैं तां जो पार्टी हाई कमांड फैसला करेगी। कुछ कु महीने पहले तुसीं गया सी नवजोत सिंह सिद्धू बाहर चले आ साडी पार्टी चों, मैं तो मैं कद मुक रहा, मैं क्या भी मैं क्या भी आ, तो पार्टी हाईकमांड में भी क्या है, जो हम फैसला आ जाता कुछ घंटे बाद आ जाए जो कल आ जाए तो नवजोत सिंह सिद्धू का रिएक्शन हम पार्टी हाईकमांड की खुशी साड़ी खुशी अही कह सकते हैं। बाकी थोनू मैं हूँ कोई कोई भुलेखा होवे तो होर मैं कढ़ दिना है। अकाली दल का सुखबीर बादल उन्होंने बयान आता, दो डिप्टी सीएम ला रहे हैं, एक हिंदू तो एक दलित। पहली गल तो अज तक प्रकाश सिंह बादल जी ने सत्कारयोग साढ़े उन्होंने आप ही भरोसा नहीं डिप्टी सीएम तो वध तां कीता सुखबीर सिंह बादल ते, ते हुण सुखबीर सिंह बादल डिप्टी सीएम लाउण वाले हजे कित्थे हो गए, हजे तां बेचारे तीजे नंबर की पार्टी आ, जमानतां जब्त होईआं, आम आदमी एक नवीं पार्टी आई वो अगे निकल गई, तो हजे डिप्टी सीएम कित्थे लाई, जिवें रेते दीआं खड्डां च वड़ गए जाके हुण आ डिप्टी सीएम दे सुपने लई ना, शेख चिल्ली वाली गल। हुण कल उत्थों आए कश्मीर तो उतरे ठंडी वादी तो आ के जाण लगे एस सी डिप्टी सीएम बना के गए सी, हुण कि उत्थों आए आके हिंदू डिप्टी सीएम डिकलेयर करता, तो हजे तो बापू ने तैनू जगह नहीं सुखबीर सिंह छड़ी, होरां लई तुसीं अजे कित्थे डिप्टी सीएम बना लोगे। ओके चलो, बहुत बहुत मेहरबानी। तो ये सन साडे नाल रवनीत सिंह बुट्टू जिन्हां दा ये कहना कि पार्टी हाईकमांड जो मर्जी फैसला करे तो असीं खिड़े मत्थे मंजूर करांगे। कैमरामैन सतवंत मठाड़ू दे नाल अमरप्रीत सिंह मक्कड़, लुधियाणा।